ਸਤਿ ਸ਼੍ਰੀ ਅਕਾਲ, ਨਮਸਕਾਰ, ਮੈਂ ਹਾਂ ਦੀਪਕ ਭੰਡਾਰੀ, ਤੁਸੀਂ ਦੇਖ ਰਹੇ ਹੋ D4 ਨਿਊਜ਼। ਪਹਿਲਾਂ ਇੱਕ ਨਜ਼ਰ ਅੱਜ ਦੀਆਂ ਵੱਡੀਆਂ ਖਬਰਾਂ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਆਮ ਆਦਮੀ ਪਾਰਟੀ ਅਤੇ BJP ਦੇ ਉੱਤੇ ਵੱਡੇ ਦੋਸ਼ ਲਾਏ, ਆਖਿਆ ਕਿ ਝਾੜੂ ਖੜਾ ਹੋ ਜਾਂਦਾ ਹੈ ਅਤੇ ਬਰਬਾਦੀ ਤੈਅ ਹੋ ਜਾਂਦੀ ਹੈ। ਨਾਲ ਹੀ ਆਖਿਆ ਕਿ BJP ਦੇ ਲੀਡਰ ਸ਼ੀਤਲ ਅੰਗੂਰਾਲ ਦੇ ਤਸਕਰਾਂ ਦੇ ਨਾਲ ਲੀਡਰ। ਅੰਮ੍ਰਿਤਸਰ ਤੋਂ BJP ਦੇ ਉਮੀਦਵਾਰ ਚਰਨਜੀਤ ਸਿੰਘ ਸੰਧੂ ਨੇ ਆਪਣੇ ਕਾਗਜ਼ ਦਾਖਲ ਕਰ ਦਿੱਤੇ ਨੇ। ਨਾਲ ਹੀ ਸਾਬਕਾ ਕੈਬਨਿਟ ਮਿਨਿਸਟਰ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਅਨਿਲ ਜੋਸ਼ੀ ਵੱਲੋਂ ਵੀ ਆਪਣੇ ਕਾਗਜ਼ ਭਰ ਦਿੱਤੇ ਗਏ। ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਹਦੇ ਵਿੱਚ ਪੰਜਾਬ ਬਚਾਓ ਯਾਤਰਾ ਦੇ ਦੌਰਾਨ ਸੁਖਬੀਰ ਸਿੰਘ ਬਾਦਲ ਨੂੰ ਰੋਕ ਕੇ ਇੱਕ ਬੰਦਾ ਆਖ ਰਿਹਾ ਕਿ ਤੁਹਾਡੇ ਬੰਦੇ ਮੇਰੇ ਲੱਡੂਆਂ ਦੇ ਪੈਸੇ ਨਹੀਂ ਦੇ ਰਹੇ। ਲੁਧਿਆਣਾ ਤੋਂ BJP ਦੇ ਉਮੀਦਵਾਰ ਰਵਨੀਤ ਸਿੰਘ ਬਿੱਟੂ ਨੇ ਜ਼ਮੀਨ 'ਤੇ ਗਹਿਣੇ ਗਿਰਵੀ ਰੱਖ ਕੇ ਨੋਮੀਨੇਸ਼ਨ ਤੋਂ ਪਹਿਲਾਂ ਨਗਰ ਨਿਗਮ ਨੂੰ 2 ਕਰੋੜ ਰੁਪਏ ਜਮ੍ਹਾਂ ਕਰਵਾਏ। ਵਿਕਰਮ ਸਿੰਘ ਮਜੀਠੀਆ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਘੇਰਿਆ ਅਤੇ ਆਖਿਆ ਜਿੱਥੇ ਵੀ ਮਾਨ ਪ੍ਰਚਾਰ ਕਰਨ ਲਈ ਜਾਂਦੇ ਨੇ ਉੱਥੇ ਹੀ ਉਹਨਾਂ ਦਾ ਵਿਰੋਧ ਸ਼ੁਰੂ ਹੋ ਜਾਂਦਾ। ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਸੁਪਰੀਮ ਕੋਰਟ ਨੇ ਸ਼ਰਤਾਂ ਦੇ ਉੱਤੇ ਇੰਟਰਮ ਬੇਲ ਦੇ ਦਿੱਤੀ। ਧਵਾਨਾ ਵੱਲੋਂ ਯੌਨ ਸ਼ੋਸ਼ਣ ਮਾਮਲੇ ਦੇ ਵਿੱਚ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੇ ਉੱਤੇ ਲਾਏ ਗਏ ਆਰੋਪ ਤੈਅ ਹੋ ਗਏ ਨੇ, ਹੁਣ ਉਸਦੀਆਂ ਮੁਸ਼ਕਲਾਂ ਵੱਧ ਸਕਦੀਆਂ। ਹੁਣ ਖਬਰਾਂ ਵਿਸਤਾਰ ਦੇ ਨਾਲ। ਅੰਮ੍ਰਿਤਸਰ ਤੋਂ BJP ਦੇ ਉਮੀਦਵਾਰ ਤਰਨਜੀਤ ਸਿੰਘ ਸੰਧੂ ਨੇ ਆਪਣੇ ਕਾਗਜ਼ ਦਾਖਲ ਕਰ ਦਿੱਤੇ ਨੇ। ਇਸ ਤੋਂ ਪਹਿਲਾਂ ਉਹਨਾਂ ਨੇ ਗੁਰਦੁਆਰੇ ਦੇ ਵਿੱਚ ਮੱਥਾ ਟੇਕਿਆ। ਉਹਨਾਂ ਦੇ ਕਾਗਜ਼ ਦਾਖਲ ਕਰਵਾਉਣ ਵਾਸਤੇ ਕੇਂਦਰੀ ਵਜ਼ੀਰ ਵਿਦੇਸ਼ ਮੰਤਰੀ ਐਸ ਜੈਸ਼ੰਕਰ ਵਿਸ਼ੇਸ਼ ਤੌਰ 'ਤੇ ਪਹੁੰਚੇ ਸਨ। ਉਹਨਾਂ ਨੇ ਆਖਿਆ ਕਿ ਪਹਿਲੇ ਤਰਨਜੀਤ ਸਿੰਘ ਸੰਧੂ ਨੇ ਦੇਸ਼ ਦੀ ਸੇਵਾ ਕੀਤੀ ਅਤੇ ਹੁਣੇ ਅੰਮ੍ਰਿਤਸਰ ਦੀ ਸੇਵਾ ਕਰਨਗੇ। ਇਸ ਤਰ੍ਹਾਂ ਦੇ ਨਾਲ BJP ਦੇ ਕੇਂਦਰੀ ਲੀਡਰਸ਼ਿਪ ਨੇ ਇਹ ਸੰਦੇਸ਼ ਦੇ ਦਿੱਤਾ ਕਿ ਤਰਨਜੀਤ ਸਿੰਘ ਸੰਧੂ ਨੂੰ ਕੇਂਦਰ ਦੇ ਵਿੱਚ ਵਜ਼ੀਰ ਬਣਾਇਆ ਜਾਏਗਾ, ਜਿਸ ਤਰ੍ਹਾਂ ਕਿ ਪਹਿਲਾਂ 2019 ਦੇ ਵਿੱਚ ਇੱਥੇ ਲੜੇ ਸਨ ਹਰਦੀਪ ਸਿੰਘ ਪੁਰੀ, ਉਹ ਵੀ IFS ਅਧਿਕਾਰੀ ਸਨ ਅਤੇ ਭਾਵੇਂ ਉਹ ਅੰਮ੍ਰਿਤਸਰ ਤੋਂ ਹਾਰ ਗਏ ਸਨ ਪਰ ਉਹਨਾਂ ਨੂੰ ਵੀ ਸੈਂਟਰ ਗੌਰਮੈਂਟ ਨੇ ਵਜ਼ਾਰਤ ਆਉਣ 'ਤੇ ਸੈਂਟਰ ਦੇ ਵਿੱਚ ਮਿਨਿਸਟਰ ਬਣਾਇਆ ਸੀ। ਇਸ ਤਰ੍ਹਾਂ SJ ਸ਼ੰਕਰ ਦਾ ਇੱਥੇ ਆਉਣਾ ਇਸ ਗੱਲ ਦਾ ਸਿੱਧੇ ਤੌਰ 'ਤੇ ਅੰਮ੍ਰਿਤਸਰ ਦੇ ਲੋਕਾਂ ਨੂੰ ਇਹ ਸੰਦੇਸ਼ ਹੈ ਕਿ ਤੁਸੀਂ ਤਰਨਜੀਤ ਸਿੰਘ ਸੰਧੂ ਨੂੰ ਇੱਥੋਂ ਜਿਤਾਓਗੇ ਅਤੇ ਅਸੀਂ ਇਹਨਾਂ ਨੂੰ ਮੰਤਰੀ ਬਣਾਵਾਂਗੇ। ਪੰਜਾਬ ਦੇ ਸਾਬਕਾ ਮਿਨਿਸਟਰ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਅਨਿਲ ਜੋਸ਼ੀ ਵੱਲੋਂ ਵੀ ਅੱਜ ਆਪਣੇ ਕਾਗਜ਼ ਭਰ ਦਿੱਤੇ ਗਏ ਨੇ। ਉਹਨਾਂ ਦੇ ਨਾਲ ਵਿਕਰਮ ਸਿੰਘ ਮਜੀਠੀਆ ਵੀ ਮੌਜੂਦ ਸਨ। ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਆਮ ਆਦਮੀ ਪਾਰਟੀ ਅਤੇ BJP 'ਤੇ ਵੱਡੇ ਆਰੋਪ ਲਾਏ ਨੇ। ਤੁਹਾਨੂੰ ਦੱਸ ਦਈਏ ਕਿ ਜਲੰਧਰ ਦੇ ਵਿੱਚ ਕੁਝ ਦਿਨ ਪਹਿਲਾਂ ਭਾਰਗਵ ਕੈਂਪ ਤੋਂ ਸਿਟੀ ਪੁਲਿਸ ਨੇ 1 ਕਿਲੋ ਹੈਰੋਇਨ ਦੇ ਨਾਲ 3 ਸਮਗਲਰਾਂ ਨੂੰ ਗ੍ਰਿਫਤਾਰ ਕੀਤਾ ਸੀ। ਹੁਣ ਇਹਨਾਂ ਨੂੰ ਲੈ ਕੇ ਰਾਜਨੀਤੀ ਵੀ ਤੇਜ਼ ਹੋ ਗਈ ਹੈ। ਅੱਜ ਕਾਂਗਰਸ ਦੇ ਉਮੀਦਵਾਰ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਆਮ ਆਦਮੀ ਪਾਰਟੀ ਅਤੇ BJP ਦੇ ਲੀਡਰਾਂ ਦੇ ਉੱਤੇ ਸਵਾਲ ਖੜੇ ਕੀਤੇ ਅਤੇ ਆਖਿਆ ਕਿ 1 ਕਿਲੋ ਹੈਰੋਇਨ ਦੇ ਨਾਲ ਜਿਹੜੇ ਤਸਕਰ ਫੜੇ ਗਏ ਸਨ ਉਹਦੀ ਫੋਟੋ ਜਿਹੜੀ ਹੈ ਆਮ ਆਦਮੀ ਪਾਰਟੀ 'ਚ ਪਹਿਲੋਂ ਸਨ ਜਿਹੜੇ ਸ਼ੀਤਲ ਅੰਗੂਰਾਲ ਅਤੇ ਹੁਣ ਉਹ BJP ਦੇ ਵਿੱਚ ਨੇ, ਉਹਨਾਂ ਦੇ ਨਾਲ ਇਹਦੀ ਫੋਟੋ ਸਾਹਮਣੇ ਆਈ ਸੀ। ਇਹ ਫੋਟੋ ਵਿਖਾ ਕੇ ਚਰਨਜੀਤ ਸਿੰਘ ਚੰਨੀ ਨੇ ਸ਼ੀਤਲ ਅੰਗੂਰਾਲ 'ਤੇ ਸਵਾਲ ਖੜੇ ਕੀਤੇ ਨੇ। ਚੰਨੀ ਨੇ ਇਹ ਵੀ ਆਖਿਆ ਕਿ ਅੰਗੂਰਾਲ ਅਤੇ ਸੁਸ਼ੀਲ ਰਿੰਕੂ ਦੇ ਸੰਬੰਧ ਜਿਹੜੇ ਆ ਤਸਕਰਾਂ ਦੇ ਨਾਲ ਨੇ, ਉਹਨਾਂ ਨੇ ਇੱਕ ਨਵੀਂ ਜਿਹੜੀ ਹੈ ਬਹਿਸ ਨੂੰ ਜਨਮ ਦੇ ਦਿੱਤਾ ਹੈ ਕਿਉਂਕਿ ਪੰਜਾਬ ਨਸ਼ੇ ਦੀ ਅੱਗ ਦੇ ਵਿੱਚ ਪਹਿਲਾਂ ਹੀ ਝੁਲਸ ਰਿਹਾ ਅਤੇ ਪੰਜਾਬ ਦੀ ਜਵਾਨੀ ਬਰਬਾਦ ਹੋ ਰਹੀ ਹੈ। ਚੰਨੀ ਨੇ ਇਹ ਵੀ ਆਖਿਆ ਕਿ ਬਚਪਨ ਦੇ ਵਿੱਚ ਮੇਰੀ ਮਾਂ ਅਕਸਰ ਇਹ ਕਹਿੰਦੀ ਸੀ ਕਿ ਝਾੜੂ ਹਮੇਸ਼ਾ ਜ਼ਮੀਨ 'ਤੇ ਰੱਖਣਾ ਚਾਹੀਦਾ, ਜੇ ਝਾੜੂ ਨੂੰ ਪੁੱਠਾ ਖੜਾ ਕਰ ਦਿਓ ਤਾਂ ਬਰਬਾਦੀ ਹੋ ਜਾਂਦੀ ਹੈ ਅਤੇ ਇਹੋ ਕੁਝ ਪੰਜਾਬ ਦੇ ਵਿੱਚ ਹੀ ਹੋਇਆ।
ਕਿਉਂਕਿ ਝਾੜੂ ਇੱਥੇ ਖਲੋਤਾ ਹੈ ਅਤੇ ਇਸ ਕਰਕੇ ਪੰਜਾਬ ਦੇ ਵਿੱਚ ਬਰਬਾਦੀ ਹੋ ਰਹੀ ਹੈ। ਉਹਨਾਂ ਆਖਿਆ ਕਿ ਹੁਣ ਪੰਜਾਬ ਦੇ ਵਿੱਚੋਂ ਝਾੜੂ ਨੂੰ ਜਿਹੜਾ ਕਰਾਰੀ ਹਾਰ ਦਾ ਮੂੰਹ ਵੇਖਣਾ ਪਏਗਾ, ਤਦੇ ਹੀ ਗੱਲ ਬਣੇਗੀ। ਜੇ ਪੰਜਾਬ ਦਾ ਵਿਕਾਸ ਕਰਾਉਣਾ ਹੈ ਤੇ ਕਾਂਗਰਸ ਨੂੰ ਫਿਰ ਸੱਤਾ ਦੇ ਵਿੱਚ ਆਉਣਾ ਜ਼ਰੂਰੀ ਹੈ। ਦੇਖੋ ਜਰਾ ਐਫ ਆਈ ਆਰ ਆ ਅੰਗਰਾਲ ਦੇ ਨਾਲ ਦੀ ਫੋਟੋ ਹੈ, ਆ ਕੰਮ ਕਰਾਉਂਦੇ ਆ ਇੱਥੇ ਆਮ ਆਦਮੀ ਪਾਰਟੀ ਵਿੱਚ 2 ਸਾਲ ਰਹਿ ਕੇ ਇਹਨਾਂ ਨੇ ਕਰਾਇਆ ਤੇ ਅੱਜ ਇਹ ਕਰਾ ਰਹੇ ਆ ਬੀਜੇਪੀ ਚ ਰਹਿ ਕੇ। ਮੈਂ ਬੀਜੇਪੀ ਔਰ ਆਮ ਆਦਮੀ ਨੂੰ ਪੁੱਛਣਾ ਚਾਹੁੰਦਾ ਕਿ ਕਿਆ ਤੁਸੀਂ ਸਾਡੇ ਨੌਜਵਾਨਾਂ ਨੂੰ ਨਸ਼ੇ ਵਿੱਚ ਗ੍ਰਸਤ ਕਰਕੇ ਇਹਨਾਂ ਦੀ ਜ਼ਿੰਦਗੀ ਨਾਲ ਖੇਡ ਰਹੇ ਹੋ ਤੁਸੀਂ ਬੀਜੇਪੀ ਔਰ ਆਮ ਆਦਮੀ ਪਾਰਟੀ ਵਾਲਿਓ? ਤੁਹਾਨੂੰ ਲੋਕ ਬਖਸ਼ਣਗੇ ਨੀ, ਨਾ ਮੈਂ ਬਖਸ਼ੂਗਾ। ਮੈਂ ਜਦ ਤੱਕ ਸਾਹ ਨਹੀਂ ਲੈਂਦਾ ਜਦ ਤੱਕ ਇੱਥੋਂ ਚਿੱਟਾ ਖਤਮ ਨਹੀਂ ਹੋ ਜਾਂਦਾ। ਹੁਣ ਪੁਲਿਸ ਵੱਲੋਂ ਜਿਹੜੇ ਭਾਰਗਵ ਕੈਂਪ ਦੇ ਵਿੱਚ ਛਾਪਾਮਾਰੀ ਕਰਕੇ 1 ਕਿਲੋ ਹੈਰੋਇਨ ਦੇ ਨਾਲ 3 ਆਰੋਪੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਚੰਨੀ ਨੇ ਇਹਨਾਂ ਦੇ ਸੰਬੰਧ ਸ਼ੀਤਲ ਅੰਗੂਰਾਲ ਦੇ ਨਾਲ ਹੋਣ ਦਾ ਦਾਅਵਾ ਕੀਤਾ। ਹੁਣ ਸਵਾਲ ਇਹ ਹੈ ਕਿ ਜੇ ਵਾਕਈ MLA ਦੇ ਸੰਬੰਧ ਇਹਨਾਂ ਤਸਕਰਾਂ ਦੇ ਨਾਲ ਹੈਗੇ ਹੈ ਤੇ ਬਹੁਤ ਵੱਡੀ ਤੇ ਸੰਗੀਨ ਗੱਲ ਹੈ। ਪੰਜਾਬ ਦੀ ਜਵਾਨੀ ਨਸ਼ੇ ਦੇ ਵਿੱਚ ਬਰਬਾਦ ਹੋ ਗਈ ਹੈ। ਹੁਣ 3 ਸਰਕਾਰਾਂ ਜਿਹੜੀਆਂ ਪਹਿਲਾਂ ਬਦਲ ਚੁੱਕੀਆਂ, ਹੁਣ ਇਹ ਸਰਕਾਰ ਆਈ ਹੈ ਤੇ ਇਹਨਾਂ ਨੇ ਵੀ ਆਖਿਆ ਸੀ ਕਿ ਅਸੀਂ ਪੰਜਾਬ ਦੇ ਵਿੱਚੋਂ ਚਿੱਟਾ ਮੁਕਾ ਦਿਆਂਗੇ, ਪਰ ਚਿੱਟਾ ਪੰਜਾਬ ਦੇ ਵਿੱਚੋਂ ਖਤਮ ਹੋਣ ਦਾ ਨਾਂ ਨਹੀਂ ਲੈ ਰਿਹਾ। ਜੇ ਸਾਡੇ ਲੀਡਰ ਜਿਹੜੇ ਹੈ ਉਹ ਤਸਕਰਾਂ ਦੇ ਨਾਲ ਮਿਲੇ ਹੋਏ ਨੇ ਤੇ ਫਿਰ ਪੰਜਾਬ ਦਾ ਭਲਾ ਕਿਵੇਂ ਹੋਏਗਾ? ਜਿਵੇਂ ਕਿ ਅਸੀਂ ਇੱਕ ਦਿਨ ਪਹਿਲਾਂ ਅੰਮ੍ਰਿਤਸਰ ਤੋਂ ਕਾਂਗਰਸ ਦੇ ਉਮੀਦਵਾਰ ਤੇ MP ਗੁਰਜੀਤ ਸਿੰਘ ਔਜਲਾ ਨਾਲ ਗੱਲਬਾਤ ਕੀਤੀ ਸੀ। ਉਹਨਾਂ ਨੇ ਵੀ ਆਖਿਆ ਸੀ ਕਿ ਛੋਟੀਆਂ ਮੱਛੀਆਂ ਨੂੰ ਫੜਿਆ ਜਾ ਰਹੀਆਂ ਪਰ ਵੱਡੇ ਬੰਦਿਆਂ ਨੂੰ ਹੱਥ ਨਹੀਂ ਪਾਇਆ ਜਾ ਰਿਹਾ। ਪੰਜਾਬ ਦੇ ਵਿੱਚ ਚੁਣਾਵੀ ਮਾਹੌਲ ਪਖਿਆ ਹੋਇਆ ਤੇ ਹੁਣ ਮੁੱਖ ਮੰਤਰੀ ਭਗਵੰਤ ਮਾਨ ਨੇ ਆਮ ਆਦਮੀ ਪਾਰਟੀ ਦੀ ਕਮਾਨ ਸਾਂਭੀ ਹੋਈ ਹੈ। ਹੁਣ ਉਹ ਹਰ ਦਿਨ 1-2 ਥਾਵਾਂ ਤੇ ਜਾਂਦੇ ਨੇ ਤੇ ਉਮੀਦਵਾਰਾਂ ਦੇ ਹੱਕਾਂ ਦੇ ਵਿੱਚ ਚੋਣ ਪ੍ਰਚਾਰ ਕਰਦੇ ਨੇ। ਕਈ ਥਾਵਾਂ ਤੇ ਉਹਨਾਂ ਨੂੰ ਵਿਰੋਧ ਦਾ ਵੀ ਸਾਹਮਣਾ ਕਰਨਾ ਪੈ ਰਿਹਾ। ਇਸ ਨੂੰ ਲੈ ਕੇ ਬਿਕਰਮ ਸਿੰਘ ਮਜੀਠੀਆ ਨੇ ਪੰਜਾਬ ਸਰਕਾਰ ਤੇ ਸਵਾਲ ਚੁੱਕੇ ਨੇ। ਬਿਕਰਮ ਸਿੰਘ ਮਜੀਠੀਆ ਨੇ ਆਖਿਆ ਕਿ ਜਿੱਥੇ ਵੀ ਬਦਲਾਅ ਵਾਲਾ ਮੁੱਖ ਮੰਤਰੀ ਭਗਵੰਤ ਮਾਨ ਜਾਂਦਾ ਉੱਥੇ ਹੀ ਲੋਕ ਵਿਰੋਧ ਕਰਦੇ ਨੇ। ਜਗਾਓਂ ਪਹੁੰਚੇ ਮੁੱਖ ਮੰਤਰੀ ਦੇ ਰੋਡ ਸ਼ੋਅ ਦੇ ਵਿੱਚ ਵੱਡਾ ਇਕੱਠ ਤੇ ਪੇਂਡੂ ਮਜ਼ਦੂਰ ਯੂਨੀਅਨ ਤੇ ਕਿਸਾਨਾਂ ਵੱਲੋਂ ਕਾਫਲੇ ਦੇ ਖਿਲਾਫ ਕਾਲੀਆਂ ਚੰਨੀਆਂ ਵਿਖਾ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਮੁਰਦਾਬਾਦ ਦੇ ਨਾਰੇ ਵੀ ਲਾਏ ਗਏ। ਉਹਨਾਂ ਆਖਿਆ ਕਿ ਬੇਸ਼ਰਮੀ ਦੀ ਹੱਦ ਵੇਖ ਲਓ, ਮੁਰਦਾਬਾਦ ਦੇ ਨਾਰਿਆਂ ਪ੍ਰਤੀ ਅੱਖਾਂ ਮੀਟ ਕੇ ਝੂਠ ਹੀ ਬੋਲੀ ਜਾਂਦੇ ਪਰ ਹਰ ਝੂਠ ਨਹੀਂ ਚੱਲ ਸਕਦਾ। ਮਜੀਠੀਆ ਨੇ ਆਖਿਆ ਕਿ ਨਾ ਕਿਸਾਨਾਂ ਨੂੰ MSP, ਨਾ ਖਰਾਬੇ ਦਾ ਮੁਆਵਜ਼ਾ ਤੇ ਨਾ ਹੀ ਬੇਰੁਜ਼ਗਾਰਾਂ ਨੂੰ ਪੱਕੀ ਨੌਕਰੀ ਮਿਲੀ। ਆਪਣਾ ਹਰਾ ਪੈਨ ਚੁੱਕੋ ਤੇ ਪੰਜਾਬ ਦੇ ਨੌਜਵਾਨਾਂ ਨੂੰ ਪੱਕੀਆਂ ਨੌਕਰੀਆਂ ਦਿਓ ਜੋ ਤੁਸੀਂ ਵਾਅਦਾ ਕੀਤਾ ਸੀ, ਤੇ ਕਿਸਾਨਾਂ ਦੇ ਮਸਲੇ ਵੀ ਪਹਿਲ ਦੇ ਆਧਾਰ ਤੇ ਹੱਲ ਕਰੋ। ਲੋਕ ਸਭਾ ਚੋਣਾਂ ਦੇ ਵਿੱਚ ਸਿਆਸੀ ਪਾਰਟੀਆਂ ਦੇ ਪ੍ਰਚਾਰ ਵਾਲੀਆਂ ਵੀਡੀਓ ਦੇ ਨਾਲ ਨਾਲ ਵਿਰੋਧੀਆਂ ਵਾਲੀਆਂ ਵੀ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ। ਭਗਵੰਤ ਮਾਨ ਜਿਹੜਾ ਦਲਿਤਾਂ ਦੀਆਂ ਵੋਟਾਂ ਦੇ ਨਾਲ ਸੱਤਾ 'ਚ ਆਇਆ ਮੁੱਖ ਮੰਤਰੀ ਬਣਿਆ, ਜਦੋਂ ਦਾ ਇਹ ਮੁੱਖ ਮੰਤਰੀ ਬਣਿਆ ਸਾਡੇ ਪੇਂਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਨੂੰ ਦਲਿਤਾਂ ਨੂੰ 9 ਵਾਰ ਮੀਟਿੰਗ ਦਾ ਸਮਾਂ ਦਿੱਤਾ 9 ਵਾਰ ਤੇ ਹਰੇਕ ਮੀਟਿੰਗ ਦੇ ਵਿੱਚ ਚੰਡੀਗੜ੍ਹ ਹੁੰਦਾ ਹੋਇਆ ਵੀ ਇਨਕਾਰ ਕਰ ਦਿੰਦਾ ਵੀ ਮੈਂ ਬਾਹਰ ਹਾਂ। ਸਾਡਾ ਖਰਚਾ ਹੋ ਜਾਂਦਾ, ਗਰੀਬ ਆਦਮੀ ਆ ਮਜ਼ਦੂਰ ਸਾਡੇ ਮਾਮਲੇ ਵਿੱਚ ਬਹੁਤ ਅਹਿਮ ਮਾਮਲੇ ਆ ਸਾਡੇ। ਦੇਖੋ ਇੱਕ ਤਾਂ ਇਹਨੇ
ਜਿਹੜੀ ਕਣਕ ਮਿਲਦੀ ਸੀਗੀ ਪੰਜਾਬ ਵਾਲੀ ਕਣਕ ਬੰਦ ਕਰਤੀ ਜਿਹੜੀ ਕੀਤਵਾ ਤੇ ਆਉਂਦੀ ਸੀ। ਦੂਜਾ ਜਿਹੜੇ ਮਜ਼ਦੂਰਾਂ ਦੇ ਬਿਜਲੀ ਦੇ ਬਿੱਲ ਸੀਗੇ ਉਹਨਾਂ ਦੀ ਮਾਫ਼ੀ ਕੱਟ ਕੇ ਜਰਨਲ 'ਚ ਕਰਤੀ, ਜਿਹੜੀ ਐਸ ਸੀ ਵਰਗ ਦੇ ਤੌਰ ਤੇ ਮਿਲਦੀ ਸੀ ਉਹ ਕੱਟਤੀ। ਇਹ ਪਹਿਲਾਂ ਜਿਹੜੇ ਮਜ਼ਦੂਰਾਂ ਨੂੰ 20,000 ਟ੍ਰੀਟਮੈਂਟ ਇਸ ਤਰ੍ਹਾਂ ਪਹਿਲਾਂ ਤੇ ਬੀਤੇ ਦਿਨੀ ਸੁਖਬੀਰ ਸਿੰਘ ਬਾਦਲ ਬਰਨਾਲਾ ਦੇ ਇਲਾਕੇ ਦੇ ਵਿੱਚ ਪਾਰਟੀ ਦੇ ਉਮੀਦਵਾਰ ਦੇ ਹੱਕ ਵਿੱਚ ਚੋਣ ਪ੍ਰਚਾਰ ਕਰ ਰਹੇ ਸਨ ਤੇ ਇਹ ਵੀਡੀਓ ਉਸ ਸਮੇਂ ਦੀ ਦੱਸੀ ਜਾ ਰਹੀ ਹੈ। ਹੁਣ ਇਹ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ, ਹਾਲਾਂਕਿ ਅਸੀਂ ਇਸ ਦੀ ਪੁਸ਼ਟੀ ਨਹੀਂ ਕਰਦੇ ਕਿ ਇਹ ਵੀਡੀਓ ਕਦੋਂ ਦੀ ਹੈ। ਵੀਡੀਓ ਦੇ ਵਿੱਚ ਸਾਫ਼ ਵੇਖਿਆ ਜਾ ਸਕਦਾ ਕਿ ਸੁਖਬੀਰ ਸਿੰਘ ਬਾਦਲ ਦੀ ਪੰਜਾਬ ਯਾਤਰਾ ਕੱਢੀ ਜਾ ਰਹੀ ਹੈ ਤੇ ਇਸ ਮੌਕੇ ਤੇ ਕੁਝ ਲੋਕ ਪੋਸਟਰ ਲੈ ਕੇ ਸਾਹਮਣੇ ਆਉਂਦੇ ਨੇ ਜਿਸ ਦੇ ਉੱਤੇ ਲਿਖਿਆ ਬਰਨਾਲਾ ਅਕਾਲੀ ਦਲ ਦੇ ਦੋ ਠੱਗ ਚੋਰ ਸੰਜੀਵ ਸ਼ੋਰੀ ਤੇ ਰਿੰਪੀ ਵਰਮਾ, ਜੋ ਕਿ ਦੋਵੇਂ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਮੇਰੀ ਦੁਕਾਨ ਤੋਂ ਲੱਡੂ ਲੈ ਕੇ ਗਏ ਸੀ, ਜਿਨ੍ਹਾਂ ਦੇ 2,65,350 ਰੁਪਏ ਹਾਲੇ ਤੱਕ ਬਾਕੀ ਨੇ। ਇਹ ਲੱਡੂ ਇਹਨਾਂ ਨੇ ਇਹ ਕਹਿ ਕੇ ਲਏ ਸਨ ਕਿ ਇਸ ਦੇ ਪੈਸੇ ਇੱਕ ਕੰਪਨੀ ਵੱਲੋਂ ਦਿੱਤੇ ਜਾਣਗੇ, ਵਿਧਾਨ ਸਭਾ ਹਾਰਨ ਤੋਂ ਬਾਅਦ ਇਹ ਪੈਸੇ ਹਜੇ ਤੱਕ ਨਹੀਂ ਦਿੱਤੇ ਗਏ। ਵੀਡੀਓ ਵਿੱਚ ਪੋਸਟਰ ਲੈ ਕੇ ਖੜ੍ਹੇ ਵਿਅਕਤੀਆਂ ਨੇ ਸੁਖਬੀਰ ਸਿੰਘ ਬਾਦਲ ਦੇ ਕਾਫਲੇ ਨੂੰ ਰੋਕਿਆ ਅਤੇ ਆਖਿਆ ਪਿਛਲੀਆਂ ਚੋਣਾਂ ਵੇਲੇ ਤੇ ਸਾਡੇ 2.5 ਲੱਖ ਰੁਪਏ ਹਜੇ ਬਕਾਏ ਨੇ, ਇਹ ਪੈਸੇ ਸਾਨੂੰ ਹਜੇ ਤੱਕ ਨਹੀਂ ਦਿੱਤੇ ਗਏ ਤੇ ਸਾਨੂੰ ਸਾਡੇ ਪੈਸੇ ਦਿੱਤੇ ਜਾਣ। ਲੁਧਿਆਣਾ ਤੋਂ ਬੀਜੇਪੀ ਦੇ ਉਮੀਦਵਾਰ ਰਵਨੀਤ ਸਿੰਘ ਬਿੱਟੂ ਨੇ ਡਰਾਮੇ ਤੋਂ ਬਾਅਦ ਅੱਜ ਆਪਣਾ ਨੋਮੀਨੇਸ਼ਨ ਫਾਈਲ ਕੀਤਾ। ਉਹਨਾਂ ਨੇ ਨਗਰ ਨਿਗਮ ਦੇ ਵਿੱਚ 2 ਕਰੋੜ ਰੁਪਏ ਜਮ੍ਹਾਂ ਕਰਵਾਏ ਨੇ, ਨਾਲ ਹੀ ਦਫ਼ਤਰ ਦੇ ਵਿੱਚ ਕਰੀਬ 2.5 ਘੰਟੇ ਆਪਣੀ ਪਤਨੀ ਦੇ ਨਾਲ ਬਹਿ ਕੇ ਉਹਨਾਂ ਨੂੰ ਇੰਤਜ਼ਾਰ ਵੀ ਕਰਨਾ ਪਿਆ। ਅਤੇ ਰਵਨੀਤ ਸਿੰਘ ਬਿੱਟੂ ਨੇ ਆਮ ਆਦਮੀ ਪਾਰਟੀ ਦੇ ਆਰੋਪ ਲਾਏ ਨੇ ਅਤੇ ਆਖਿਆ ਕਿ ਉਹਨਾਂ ਦੀ ਨੋਮੀਨੇਸ਼ਨ ਨੂੰ ਰੱਦ ਕਰਨ ਵਾਸਤੇ ਪੂਰਾ ਜ਼ੋਰ ਲਾਇਆ ਜਾ ਰਿਹਾ ਅਤੇ ਇਹਦੇ ਨਾਲ ਨਾਲ ਆਮ ਆਦਮੀ ਪਾਰਟੀ ਦੇ ਨਾਲ ਕਾਂਗਰਸ ਵੀ ਇਸ ਸਾਜ਼ਿਸ਼ ਦੇ ਵਿੱਚ ਸ਼ਾਮਲ ਹੈ। ਬਿੱਟੂ ਨੇ ਇਹ ਵੀ ਆਖਿਆ ਕਿ ਇਹ ਪੂਰੀ ਘਟਨਾ ਦੀ ਸ਼ਿਕਾਇਤ ਤੋਂ ਇਲੈਕਸ਼ਨ ਕਮਿਸ਼ਨ ਨੂੰ ਕਰਨਗੇ। ਉਹਨਾਂ ਦਾ ਕਹਿਣਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਉਹਨਾਂ ਦੇ ਖਿਲਾਫ਼ ਇੱਕ ਸਾਜ਼ਿਸ਼ ਰਚੀ ਗਈ। ਰਾਤੀ 12:15 ਉਹਨਾਂ ਨੂੰ ਨਗਰ ਨਿਗਮ ਵੱਲੋਂ ਈਮੇਲ ਰਾਹੀਂ ਨੋਟਿਸ ਦਿੱਤਾ ਜਾਂਦਾ ਅਤੇ ਆਖਿਆ ਜਾਂਦਾ ਕਿ ਸਰਕਾਰੀ ਮਕਾਨ ਦਾ 10 ਸਾਲ ਦਾ ਕਿਰਾਇਆ, ਪਾਣੀ, ਬੱਤੀ ਦਾ ਬਿੱਲ ਬਕਾਇਆ ਅਤੇ 2 ਕਰੋੜ ਰੁਪਏ ਤੁਹਾਨੂੰ ਜਮ੍ਹਾਂ ਕਰਾਉਣੇ ਪੈਣਗੇ। ਉਹਨਾਂ ਦਾ ਕਹਿਣਾ ਕਿ ਨੋਮੀਨੇਸ਼ਨ ਫਾਈਲ ਕਰਨ ਤੋਂ ਠੀਕ 12 ਘੰਟੇ ਪਹਿਲੇ ਉਹਨਾਂ ਨੂੰ ਨੋਟਿਸ ਦਿੱਤਾ ਗਿਆ, ਜਿਹੜੀ ਕਿ ਗਹਿਰੀ ਸਾਜ਼ਿਸ਼ ਵੱਲ ਇਸ਼ਾਰਾ ਕਰਦਾ। ਇਹਦੇ ਵਿੱਚ ਕਾਂਗਰਸ ਵੀ ਸ਼ਾਮਲ ਹੈ। 48 ਘੰਟੇ ਦੇ ਅੰਦਰ ਅੰਦਰ ਉਹਨਾਂ ਨੂੰ ਸਰਕਾਰੀ ਮਕਾਨ ਵੀ ਖਾਲੀ ਕਰਨ ਦੇ ਆਦੇਸ਼ ਜਾਰੀ ਕੀਤੇ ਗਏ ਨੇ। ਰਵਨੀਤ ਬਿੱਟੂ ਨੇ ਆਖਿਆ ਕਿ ਉਹਨਾਂ ਨੇ ਆਪਣਾ ਨੋਮੀਨੇਸ਼ਨ ਛੇਤੀ ਛੇਤੀ 'ਚ ਫਾਈਲ ਕੀਤਾ ਅਤੇ ਇਸ ਲਈ ਉਹਨਾਂ ਨੂੰ ਆਪਣੀ ਘਰਵਾਲੀ ਦੇ ਗਹਿਣੇ ਅਤੇ ਆਪਣੇ ਪਿਤਾ ਦੀ ਜ਼ਮੀਨ ਵੀ ਗਿਰਵੀ ਰੱਖਣੀ ਪਈ ਹੈ ਅਤੇ ਕਿਸੇ ਰਿਸ਼ਤੇਦਾਰਾਂ ਕੋਲੋਂ ਵੀ ਉਹਨਾਂ ਨੇ ਪੈਸੇ ਇਕੱਠੇ ਕੀਤੇ ਤਾਂ ਕਿ ਕਾਰਪੋਰੇਸ਼ਨ ਦਾ 2 ਕਰੋੜ ਦਾ ਭੁਗਤਾਨ ਕੀਤਾ ਜਾ ਸਕੇ। ਨਵਨੀਤ ਬਿੱਟੂ ਦਾ ਕਹਿਣਾ ਹੈ ਕਿ ਪਿਛਲੇ 10 ਸਾਲ ਤੋਂ ਕਾਰਪੋਰੇਸ਼ਨ ਵੱਲੋਂ ਉਹਨਾਂ ਨੂੰ ਨੋਟਿਸ ਕਿਉਂ ਨਹੀਂ ਜਾਰੀ ਕੀਤਾ ਗਿਆ। ਰਵਨੀਤ ਬਿੱਟੂ ਅੱਜ ਆਪਣੇ ਦਾਦਾ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸਵਰਗੀਏ ਬੇਅੰਤ ਸਿੰਘ ਦੀ ਅੰਬੈਸਡਰ ਕਾਰ ਦੇ ਵਿੱਚ ਆ ਕੇ ਨੋਮੀਨੇਸ਼ਨ ਫਾਈਲ ਕਰਨ ਆਏ ਸਨ।
31 अगस्त 1995 ਨੂੰ ਖਾਲਿਸਤਾਨ ਅੱਤਵਾਦੀਆਂ ਨੇ ਬਿੱਟੂ ਦੇ ਦਾਦਾ ਸਵਰਗੀ ਬੇਅੰਤ ਸਿੰਘ ਦੀ ਕਾਰ ਨੂੰ ਚੰਡੀਗੜ੍ਹ ਸੈਕਟਰੀਏਟ ਦੇ ਕੋਲ ਬੰਬ ਦੇ ਨਾਲ ਉਡਾ ਦਿੱਤਾ ਸੀ। ਇਹਦੇ ਵਿੱਚ ਬੇਅੰਤ ਸਿੰਘ ਅਤੇ ਉਹਨਾਂ ਦੇ 3 ਕਮਾਂਡੋਆਂ ਦੇ ਸਮੇਤ 17 ਲੋਕਾਂ ਦੀ ਮੌਤ ਹੋ ਗਈ ਸੀ। ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਦਿੱਲੀ ਆਬਕਾਰੀ ਨੀਤੀ ਦੇ ਵਿੱਚ ਕਥਿਤ ਸ਼ਰਾਬ ਘੁਟਾਲੇ ਦੇ ਨਾਲ ਸੰਬੰਧਿਤ ਮਨੀ ਲਾਂਡਰਿੰਗ ਮਾਮਲੇ ਦੇ ਵਿੱਚ ਅੱਜ ਸੁਪਰੀਮ ਕੋਰਟ ਵੱਲੋਂ ਇੰਟਰਿਮ ਬੇਲ ਦੇ ਦਿੱਤੀ ਗਈ ਹੈ। ਉਹ ਅੱਜ ਤਿਹਾੜ ਜੇਲ੍ਹ ਦੇ ਵਿੱਚੋਂ ਰਿਹਾਅ ਹੋ ਗਏ ਨੇ। ਜਸਟਿਸ ਦੀਪਾਂਕਰ ਦੱਤਾ ਅਤੇ ਜਸਟਿਸ ਸੰਜੀਵ ਖੰਨਾ ਦੇ ਬੈਂਚ ਨੇ ਆਖਿਆ ਆਮ ਆਦਮੀ ਪਾਰਟੀ ਕਨਵੀਨਰ ਨੂੰ 2 ਜੂਨ ਨੂੰ ਆਤਮ ਸਮਰਪਣ ਕਰਕੇ ਵਾਪਸ ਜੇਲ੍ਹ ਦੇ ਵਿੱਚ ਆਉਣਾ ਪਵੇਗਾ। ਹਾਲਾਂਕਿ ਅਦਾਲਤ ਨੇ ਕੇਜਰੀਵਾਲ ਦੇ ਸਾਹਮਣੇ ਕੁਝ ਸ਼ਰਤਾਂ ਵੀ ਰੱਖੀਆਂ ਨੇ। ਸੁਪਰੀਮ ਕੋਰਟ ਦੇ ਲਿਖਤੀ ਹੁਕਮਾਂ ਦੇ ਵਿੱਚ ਲਿਖੀਆਂ ਸ਼ਰਤਾਂ ਦੇ ਅਨੁਸਾਰ ਅਰਵਿੰਦ ਕੇਜਰੀਵਾਲ ਨੂੰ ਜੇਲ੍ਹ ਸੁਪਰਡਣ ਦੀ ਤਸੱਲੀ ਲਈ 50,000 ਰੁਪਏ ਦਾ ਜ਼ਮਾਨਤੀ ਬਾਂਡ ਅਤੇ ਇੰਨੀ ਹੀ ਰਕਮ ਦੀ ਇੱਕ ਜ਼ਮਾਨਤ ਰਾਸ਼ੀ ਵੀ ਦੇਣੀ ਪਏਗੀ। ਉਹ ਮੁੱਖ ਮੰਤਰੀ ਦਫ਼ਤਰ ਅਤੇ ਦਿੱਲੀ ਸੈਕਟਰੀਏਟ ਦੇ ਵਿੱਚ ਨਹੀਂ ਜਾ ਸਕਣਗੇ। ਇਸ ਦੇ ਨਾਲ ਹੀ ਉਹ ਆਪਣੇ ਵੱਲੋਂ ਦਿੱਤੇ ਬਿਆਨ ਦੇ ਲਈ ਵੀ ਪਾਬੰਦ ਰਹਿਣਗੇ। ਉਹ ਅਧਿਕਾਰਿਕ ਤੌਰ 'ਤੇ ਫਾਈਲਾਂ ਦੇ ਉੱਤੇ ਹਸਤਾਖਰ ਵੀ ਨਹੀਂ ਕਰਨਗੇ। ਜੇ ਬਹੁਤ ਹੀ ਕੋਈ ਫਾਈਲ ਮਹੱਤਵਪੂਰਨ ਹੈ ਤਾਂ ਉਸਨੂੰ ਇਸ 'ਤੇ ਦਸਤਖਤ ਕਰਨ ਲਈ SG ਤੋਂ ਇਜਾਜ਼ਤ ਲੈਣੀ ਪਏਗੀ। ਮੌਜੂਦਾ ਕੇਸ ਵਿੱਚ ਆਪਣੀ ਭੂਮਿਕਾ ਬਾਰੇ ਉਹ ਕੋਈ ਟਿੱਪਣੀ ਨਹੀਂ ਕਰਨਗੇ। ਉਹ ਕਿਸੇ ਵੀ ਗਵਾਹ ਨਾਲ ਕੋਈ ਗੱਲਬਾਤ ਨਹੀਂ ਕਰਨਗੇ ਅਤੇ ਆਪਣਾ ਪਾਸਪੋਰਟ ਵੀ ਸਰੈਂਡਰ ਕਰਾਉਣਗੇ। ਅਤੇ ਨਾਲ ਦੀ ਨਾਲ ਦਿੱਲੀ ਤੋਂ ਜੇ ਬਾਹਰ ਜਾਂਦੇ ਨੇ ਤਾਂ ਜਾਂਚ ਏਜੰਸੀ ਨੂੰ ਦੱਸਣਗੇ ਅਤੇ ਨਾਲ ਹੀ ਆਪਣੀ ਲਾਈਵ ਲੋਕੇਸ਼ਨ ਵੀ ਸ਼ੇਅਰ ਕਰਨਗੇ। ਅਦਾਲਤ ਨੇ ਇਹ ਵੀ ਆਖਿਆ ਕਿ ਹਰ ਮਾਮਲੇ ਦੇ ਤੱਥਾਂ ਦੇ ਆਧਾਰ 'ਤੇ ਇੰਟਰਿਮ ਬੇਲ ਦਿੱਤੀ ਜਾਂਦੀ ਹੈ ਅਤੇ ਅਰਵਿੰਦ ਕੇਜਰੀਵਾਲ ਇਸ ਤੋਂ ਬਾਹਰ ਨਹੀਂ ਹਨ। ਅਰਵਿੰਦ ਕੇਜਰੀਵਾਲ ਦਾ ਕੋਈ ਅਪਰਾਧਿਕ ਇਤਿਹਾਸ ਨਹੀਂ ਹੈ ਅਤੇ ਉਹ ਸਮਾਜ ਲਈ ਖਤਰਾ ਨਹੀਂ ਹੈ। ਉਹਨਾਂ 'ਤੇ ਲੱਗੇ ਦੋਸ਼ ਗੰਭੀਰ ਨੇ। ਉਹਨਾਂ ਨੂੰ ਅਜੇ ਤੱਕ ਦੋਸ਼ੀ ਨਹੀਂ ਠਹਿਰਾਇਆ ਗਿਆ ਅਤੇ ਅਰਵਿੰਦ ਕੇਜਰੀਵਾਲ ਨਾ ਤਾਂ ਕਿਸੇ ਗਵਾਹ ਦੇ ਨਾਲ ਗੱਲ ਕਰਨਗੇ ਅਤੇ ਨਾ ਹੀ ਕੇਸ ਨਾਲ ਸੰਬੰਧਿਤ ਅਧਿਕਾਰਿਤ ਫਾਈਲ ਨੂੰ ਦੇਖਣਗੇ। ਅਦਾਲਤ ਨੇ ਇਹ ਵੀ ਆਖਿਆ ਕਿ ਅਸੀਂ ਲੋਕ ਸਭਾ ਚੋਣਾਂ ਦੇ ਵਿੱਚ ਅਰਵਿੰਦ ਕੇਜਰੀਵਾਲ ਦੀ ਭੂਮਿਕਾ ਨੂੰ ਵੇਖਦੇ ਹੋਏ ਉਹਨਾਂ ਨੂੰ ਜ਼ਮਾਨਤ ਦਿੱਤੀ ਹੈ ਅਤੇ ਉਹਨਾਂ ਨੂੰ ਜ਼ਮਾਨਤ ਦੇਣਾ ਕੋਈ ਅਨੋਖਾ ਮਾਮਲਾ ਨਹੀਂ ਹੈ। ਅਜਿਹੇ ਕਈ ਮੌਕੇ ਆਏ ਜਦੋਂ ਸੁਪਰੀਮ ਕੋਰਟ ਨੇ ਕਈ ਦੋਸ਼ੀਆਂ ਨੂੰ ਇੰਟਰਿਮ ਬੇਲ ਦਿੱਤੀ। ਸੁਪਰੀਮ ਕੋਰਟ ਨੇ ਲੋਕ ਸਭਾ ਚੋਣਾਂ ਲਈ ਪ੍ਰਚਾਰ ਕਰਨ ਲਈ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਇੰਟਰਿਮ ਬੇਲ ਦਿੱਤੀ ਅਤੇ ਕੋਰਟ ਇਸ ਤੋਂ ਪਹਿਲਾਂ ਕੋਰਟ ਦੇ ਵਿੱਚ ਕਾਫੀ ਬਹਿਸ ਹੋਈ। ED ਨੇ ਚੋਣ ਪ੍ਰਚਾਰ ਦੇ ਆਧਾਰ 'ਤੇ ਜ਼ਮਾਨਤ ਦੀ ਮੰਗ ਦਾ ਵਿਰੋਧ ਕੀਤਾ ਸੀ। ਇਸ 'ਤੇ ਸੁਪਰੀਮ ਕੋਰਟ ਨੇ ਆਖਿਆ ਸੀ ਕਿ ਲੋਕ ਸਭਾ ਚੋਣਾਂ 5 ਸਾਲ 'ਚ 1 ਵਾਰ ਹੁੰਦੀਆਂ ਨੇ ਅਤੇ ਇਹ ਖਾਸ ਹਾਲਾਤਾਂ ਦਾ ਮਾਮਲਾ ਹੈ। ਇਸ 'ਤੇ ਸੋਲੀਸਿਟਰ ਜਨਰਲ ਨੇ ਆਖਿਆ ਸੀ ਕਿ ਕਾਨੂੰਨ ਸਾਰੀਆਂ ਜਿਹੜਾ ਕਾਨੂੰਨ ਹੈ ਉਹ ਸਾਰਿਆਂ ਲਈ ਬਰਾਬਰ ਹੈ। ਕੇਜਰੀਵਾਲ ਨੂੰ ਇੰਟਰਿਮ ਬੇਲ ਮਿਲਣ ਤੋਂ ਬਾਅਦ ਦਿੱਲੀ ਦੇ ਮੰਤਰੀ ਸੌਰਭ ਭਾਰਦਵਾਜ ਨੇ ਆਖਿਆ ਕਿ ਅਰਵਿੰਦ ਕੇਜਰੀਵਾਲ ਦੀ ਰਿਹਾਈ ਜਿਹੜੀ ਹੈ ਉਹਦੇ ਲਈ ਕਾਰਜਕਰਤਾ ਨਹੀਂ ਬਲਕਿ ਦੇਸ਼ ਦੇ ਕਰੋੜਾਂ ਲੋਕ ਇੰਤਜ਼ਾਰ ਕਰ ਰਹੇ ਸਨ। ਅਰਵਿੰਦ ਕੇਜਰੀਵਾਲ ਦੀ ਰਿਹਾਈ INDIA ਗਠਬੰਧਨ ਲਈ ਗੇਮ ਚੇਂਜਰ ਸਾਬਿਤ ਹੋਏਗੀ। BJP ਸਮਝ ਗਈ ਹੈ ਕਿ ਅਰਵਿੰਦ ਕੇਜਰੀਵਾਲ ਦੀ ਰਿਹਾਈ ਦੇ ਨਾਲ ਉਹਨਾਂ ਸਟੇਟਾਂ ਨੂੰ ਵੱਡਾ ਨੁਕਸਾਨ ਹੋਣ ਵਾਲਾ ਜਿੱਥੇ ਕਿ ਆਮ ਆਦਮੀ ਪਾਰਟੀ ਚੋਣਾਂ ਲੜ ਰਹੀ ਹੈ। ਭਲਵਾਨਾ ਵੱਲੋਂ ਯੌਨ ਸ਼ੋਸ਼ਣ ਮਾਮਲੇ ਦੇ ਵਿੱਚ ਫਸੇ MP ਬ੍ਰਿਜ ਭੂਸ਼ਣ ਸ਼ਰਨ ਸਿੰਘ ਦੇ ਉੱਤੇ ਦੋਸ਼ ਤੈਅ ਹੋ ਗਏ ਨੇ। ਲੋਕਲ ਕੋਰਟ ਨੇ ਆਖਿਆ 5 ਸ਼ਿਕਾਇਤਾਂ 'ਚੋਂ ਉਹਨਾਂ ਦੇ ਖਿਲਾਫ਼ ਸਬੂਤ ਮਿਲੇ ਨੇ। ਦਿੱਲੀ ਦੀ ਰਾਊਜ ਰੈਵਨਿਊ ਕੋਰਟ ਨੇ ਭਾਰਤੀ ਕੁਸ਼ਤੀ ਮਹਾਂਸੰਘ ਦੇ ਸਾਬਕਾ ਪ੍ਰਧਾਨ ਅਤੇ BJP ਸਾਂਸਦ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੇ ਖਿਲਾਫ਼ ਦੋਸ਼ ਤੈਅ ਕਰ ਦਿੱਤੇ ਨੇ। ਇਸ ਵਾਰੀ UP ਦੇ ਕੇਸਰ ਜੰਗ ਤੋਂ ਉਹਨਾਂ ਦੇ ਬੇਟੇ ਕਰਨ ਭੂਸ਼ਣ ਸਿੰਘ ਨੂੰ BJP ਵੱਲੋਂ ਟਿਕਟ ਦਿੱਤੀ ਗਈ ਹੈ। ਹਾਲਾਂਕਿ ਪਹਿਲਵਾਨ ਸਾਕਸ਼ੀ ਮਲਿਕ ਨੇ ਇਹਦੇ 'ਤੇ ਸਵਾਲ ਚੁੱਕੇ ਸਨ। ਤੁਹਾਨੂੰ ਦੱਸ ਦਈਏ ਕਿ ਪਹਿਲਵਾਨ ਸਾਕਸ਼ੀ ਮਲਿਕ
ਵਿਨੇਸ਼ ਫੋਗਾਟ, ਬਜਰੰਗ ਪੁਨੀਆ ਤੇ ਹੋਰ ਵੀ ਬਹੁਤ ਸਾਰੇ ਇੰਟਰਨੈਸ਼ਨਲ ਖਿਡਾਰੀ ਕੁਸ਼ਤੀ ਨਾਲ ਜਿਹੜੇ ਜੁੜੇ ਹੋਏ ਨੇ, ਉਹਨਾਂ ਵੱਲੋਂ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੇ ਖਿਲਾਫ ਪ੍ਰਦਰਸ਼ਨ ਕੀਤਾ ਗਿਆ ਸੀ ਤੇ ਉਹਨਾਂ ਦੇ ਉੱਤੇ ਯੌਣ ਸ਼ੋਸ਼ਣ ਦੇ ਆਰੋਪ ਲਾਏ ਗਏ ਸਨ। ਇੱਥੋਂ ਤੱਕ ਕਿ ਇਨਸਾਫ ਨਾ ਮਿਲਣ ਤੇ ਇਹਨਾਂ ਭਲਵਾਨਾਂ ਨੇ ਆਪਣੇ ਜਿਹੜੇ ਮੈਡਲ ਸਨ ਉਹ ਗੰਗਾ ਵਿੱਚ ਵਹਾਉਣ ਦੀ ਵੀ ਗੱਲ ਕੀਤੀ ਸੀ ਤੇ ਬਾਅਦ ਦੇ ਵਿੱਚੋਂ ਆਪਣੇ ਜਿਹੜੇ ਇਹਨਾਂ ਨੂੰ ਮੈਡਲ ਮਿਲੇ ਸਨ ਜਾਂ ਇਹਨਾਂ ਨੂੰ ਜਿਹੜਾ ਨਵਾਜਿਆ ਗਿਆ ਸੀ ਸੈਂਟਰਲ ਗੌਰਮੈਂਟ ਵੱਲੋਂ, ਉਹ ਜਿਹੜੇ ਸਾਰੇ ਇਨਾਮ ਸੀ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਘਰ ਦੇ ਬਾਹਰ ਰੱਖਣ ਜਾ ਰਹੇ ਸੀ, ਪਰ ਉਹਨਾਂ ਨੂੰ ਰੋਕ ਲਿਆ ਗਿਆ ਸੀ ਤੇ ਫਿਰ ਇੱਕ ਥਾਂ ਤੇ ਇਹ ਆਪਣੇ ਮੈਡਲ ਛੱਡ ਆਏ ਸਨ। ਕੋਰਟ ਨੇ ਆਖਿਆ ਕਿ 6 ਮਹਿਲਾ ਪਹਿਲਵਾਨਾਂ ਦੇ ਵਿੱਚੋਂ 5 ਦੀਆਂ ਸ਼ਿਕਾਇਤਾਂ ਦੇ ਵਿੱਚ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੇ ਖਿਲਾਫ ਆਰੋਪ ਤੈਅ ਕਰਨ ਵਾਸਤੇ ਪ੍ਰਾਪਤ ਸਬੂਤ ਉਹਨਾਂ ਕੋਲ ਹੈਗੇ ਨੇ। ਅਦਾਲਤ ਨੇ ਕੁਸ਼ਤੀ ਸੰਘ ਦੇ ਸਾਬਕਾ ਸੈਕਟਰੀ ਵਿਨੋਦ ਤੋਮਰ ਦੇ ਖਿਲਾਫ ਵੀ ਆਰੋਪ ਤੈਅ ਕਰਨ ਦਾ ਆਦੇਸ਼ ਦਿੱਤਾ। ਬ੍ਰਿਜ ਭੂਸ਼ਣ ਸ਼ਰਨ ਸਿੰਘ ਦੇ ਖਿਲਾਫ ਧਾਰਾ 354 ਮਤਲਬ ਕਿਸੇ ਔਰਤ ਦੀ ਗਰਿਮਾ ਨੂੰ ਠੇਸ ਪਹੁੰਚਾਉਣ ਦੇ ਇਰਾਦੇ ਤੇ ਉਸ ਦੇ ਉੱਤੇ ਹਮਲਾ ਜਾਂ ਅਪਰਾਧਿਕ ਬਲ ਦਾ ਇਸਤੇਮਾਲ ਕਰਨਾ, 354A ਯਾਨੀ ਕਿ ਯੌਨ ਉਤਪੀੜਨ, ਧਾਰਾ 354D ਯਾਨੀ ਕਿ ਅਪਰਾਧਿਕ ਧਮਕੀ ਦੇ ਤਹਿਤ ਆਰੋਪ ਤੈਅ ਕੀਤੇ ਨੇ। ਬ੍ਰਿਜ ਭੂਸ਼ਣ ਸ਼ਰਨ ਸਿੰਘ ਨੂੰ ਹੁਣ ਕੋਰਟ ਦਾ ਟ੍ਰਾਇਲ ਇਹਨੂੰ ਫੇਸ ਕਰਨਾ ਪਏਗਾ। ਜਿਹੜੀਆਂ ਧਾਰਾਵਾਂ 'ਤੇ ਉਹਨਾਂ ਦੇ ਆਰੋਪ ਤੈਅ ਹੋਏ ਨੇ ਉਹਨਾਂ ਦੇ ਵਿੱਚ 5 ਸਾਲ, 3 ਸਾਲ ਅਤੇ 2 ਸਾਲ ਦੀ ਸਜ਼ਾ ਵੀ ਹੋ ਸਕਦੀ ਹੈ। ਹੁਣ ਸੀਨੀਅਰ ਐਡਵੋਕੇਟ ਰਿਤੇਸ਼ ਯਾਦਵ ਦੇ ਮੁਤਾਬਕ ਦਿੱਲੀ ਦੇ ਰਾਊਸ ਐਵਨਿਊ ਕੋਰਟ ਨੇ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੇ ਖਿਲਾਫ ਜਿਹੜੇ ਆਰੋਪ ਤੈਅ ਕੀਤੇ ਨੇ ਉਹਨਾਂ ਦੇ ਖਿਲਾਫ ਹੁਣ ਇੱਕ ਵਿਕਲਪ ਬਚਦਾ ਕਿ ਇਸ ਦੀ ਅਪੀਲ ਉੱਪਰਲੀ ਅਦਾਲਤ 'ਤੇ ਕਰਨਗੇ। ਜੇ ਬ੍ਰਿਜ ਭੂਸ਼ਣ ਸ਼ਰਨ ਸਿੰਘ ਸਹੀ ਤੱਥ ਅਤੇ ਸਬੂਤ ਦੇ ਸਕਣਗੇ ਤਾਂ ਫਿਰ ਇਹਨਾਂ ਨੂੰ ਉਤਲੀ ਅਦਾਲਤ 'ਚੋਂ ਰਾਹਤ ਵੀ ਮਿਲ ਸਕਦੀ ਹੈ। ਬ੍ਰਿਜ ਭੂਸ਼ਣ ਸ਼ਰਨ ਸਿੰਘ 15 ਸਾਲਾਂ ਤੋਂ ਕੈਸਰਗੰਜ ਲੋਕ ਸਭਾ ਸੀਟ ਤੋਂ MP ਨੇ ਅਤੇ ਗੋਂਡਾ, ਬਲਰਾਮਪੁਰ, ਕੈਸਰਗੰਜ ਤੋਂ 6 ਵਾਰ MP ਰਹਿ ਚੁੱਕੇ ਨੇ। ਚੁਣਾਵੀ ਹਲਫਨਾਮੇ ਦੇ ਮੁਤਾਬਕ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੇ ਕੋਲ 10 ਕਰੋੜ ਰੁਪਏ ਦੀ ਚੱਲ ਅਚਲ ਸੰਪੱਤੀ ਹੈ ਅਤੇ ਉਹਨਾਂ ਦੀ ਘਰਵਾਲੀ ਦੇ ਕੋਲ 6 ਕਰੋੜ ਰੁਪਏ ਦੀ ਜਾਇਦਾਦ ਹੈ। ਅੱਜ ਲਈ ਬਸ ਇੰਨਾ ਹੀ ਅਤੇ ਕੱਲ੍ਹ ਤੁਹਾਡੇ ਨਾਲ ਫਿਰ ਰੂਬਰੂ ਹੋਵਾਂਗੇ। ਤਦ ਤੱਕ ਦਿਓ ਸਾਨੂੰ ਇਜਾਜ਼ਤ। ਸਤਿ ਸ਼੍ਰੀ ਅਕਾਲ, ਨਮਸਕਾਰ।